ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਾਹੁਲ ਕਾਲਾ ਤੇ ਅੱਜ ਦੀ ਰਿਪੋਰਟ ਲੈ ਕੇ ਹਾਜ਼ਰ ਹੋਇਆ ਪੰਜਾਬ ਦੇ ਅੰਦਰ ਬਾਹਰੀਆਂ ਵੱਲੋਂ ਜੋ ਲਗਾਤਾਰ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਨੇ ਉਹ ਚਾਹੇ ਰੈਜ਼ੀਡੈਂਸ਼ੀਅਲ ਹੋਵੇ ਜਾਂ ਫਿਰ ਕਮਰਸ਼ੀਅਲ ਹੋਵੇ ਚਾਹੇ ਖੇਤੀ ਦੇ ਲਈ ਹੋਵੇ ਤਾਂ ਇਸ ਮੁੱਦੇ ਦੇ ਉੱਪਰ ਹੁਣ ਕਾਨੂੰਨ ਬਣਾਉਣ ਨੂੰ ਲੈ ਕੇ ਮੰਗਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਾਂਗਰਸੀ ਲੀਡਰਾਂ ਵੱਲੋਂ ਬਿੱਤੇ ਦਿਨੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਪੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਵੱਡਾ ਮੁੱਦਾ ਚੱਕਿਆ ਤੇ ਕਾਫੀ ਸੰਵੇਦਨਸ਼ੀਲ ਹੈ ਤੇ ਇਸ ਰਿਪੋਰਟ ਦੇ ਵਿੱਚ ਅਸੀਂ ਇਸ ਹੀ ਮੁੱਦੇ ਦੇ ਉੱਪਰ ਜੋ ਪ੍ਰਾਈਵੇਟ ਬਿਲ ਦੀ ਮੰਗ ਕੀਤੀ ਗਈ ਹੈ ਲੈ ਕੇ ਆਉਣ ਦੇ ਲਈ ਪੰਜਾਬ ਵਿਧਾਨ ਸਭਾ ਦਾ ਜੋ ਅੱਗੇ ਬਜਟ ਸੈਸ਼ਨ ਹੋਣਾ ਤਾਂ ਉਹ ਬਿਲ ਹੈ ਕੀ ਹੈ ਇਸ ਸਬੰਧੀ ਅਸੀਂ ਪੂਰੀ ਜਾਣਕਾਰੀ ਦਵਾਂਗੇ ਤਾਂ ਪ੍ਰਾਈਵੇਟ ਮੈਂਬਰ ਵਿਲ ਅਜਿਹਾ ਕਾਨੂੰਨ ਲੈ ਕੇ ਆਉਣ ਦੀ ਮੰਗ ਸੁਖਪਾਲ ਸਿੰਘ ਖੈਰਾ ਵੱਲੋਂ ਕੀਤੀ ਗਈ ਹੈ ਕਿ ਜ਼ਮੀਨ ਜੋ ਬਾਹਰੀ ਲੋਕ ਖਰੀਦ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਫਿਰ ਵੋਟਰ ਕਾਰਡ ਬਣਾਉਂਦੇ ਨੇ ਆਧਾਰ ਕਾਰਡ ਬਣਾਉਂਦੇ ਨੇ ਤੇ ਪੱਕੇ ਵਸਨੀਕ ਜਿਹੜੇ ਆ ਪੰਜਾਬ ਦੇ ਬਣ ਜਾਂਦੇ ਆ ਤਾਂ ਇਸ ਸਬੰਧੀ ਬਿੱਲ ਲੈ ਕੇ ਆਉਣ ਦੀ ਮੰਗ ਕੀਤੀ ਗਈ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖੈਰਾ ਤੋਂ ਸੁਣਦੇ ਹਾਂ ਕੀ ਕਹਿ ਰਹੇ ਨੇ ਜਿਹੜਾ ਵੀ ਕੋਈ ਵਿਅਕਤੀ ਆਵੇ ਉਹ ਅਗਰ ਐਗਰੀਕਲਚਰ ਲੈਂਡ ਲੈਣਾ ਚਾਹੁੰਦਾ ਹਿਮਾਚਲ ਵਿੱਚ ਤੁਸੀਂ ਲੈ ਸਕਦੇ ਹੋ ਲੇਕਿਨ ਉਹਦੀਆਂ ਕੁਝ ਸ਼ਰਤਾਂ ਫੋਲੋ ਕਰਨੀਆਂ ਪੈਂਦੀਆਂ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਨੌਨ ਸੀਰੀਅਸ ਪਰਚੇਜ਼ਰ ਆ ਉਹ ਸਾਰਾ ਫਿਲਟਰ ਹੋ ਜਾਂਦਾ ਸਿਰਫ ਜਿਹੜਾ ਜੈਨੂਇਨ ਬਾਇਰ ਆ ਉਹ ਆਣ ਕੇ ਪੰਜਾਬ ਦੇ ਵਿੱਚ ਜ਼ਮੀਨ ਲੈ ਸਕੇ ਔਰ ਇਸੇ ਤਰ੍ਹਾਂ ਇੰਡਸਟਰੀ ਵਾਸਤੇ ਕੋਈ ਮਨਾਈ ਨਾ ਸਮਝੀ ਜਾਵੇ ਇੰਡਸਟਰੀਅਲ ਇਨਵੈਸਟਮੈਂਟ ਇਜ਼ ਮੋਸਟ ਵੈਲਕਮ ਬਟ ਦੇ ਅਗੇਨ ਹੈਵ ਟੂ ਫੋਲੋ ਸਰਟਨ ਪ੍ਰੋਵੀਜਨਸ ਆਫ ਦਾ ਰੂਲ ਆਫ ਲਾਅ ਵਿਚ ਵਿਲ ਬੀ ਇੰਪਲੀਮੈਂਟਡ ਇਨ ਪੰਜਾਬ ਇਨ ਦਾ ਕਮਿੰਗ ਡੇਜ਼ ਕੁਝ ਲੋਕ ਕਹਿਣਗੇ ਜੀ ਹੁਣ ਅਸੀਂ ਵਿਦੇਸ਼ਾਂ ਵਿੱਚ ਜਾ ਰਹੇ ਤੇ ਉੱਥੇ ਕਿਉਂ ਨਹੀਂ ਕਾਨੂੰਨ ਹੈਗੇ let me tell you canada de vich they have introduced a law justin trudeau even recently ke koi randomly aan ke utthe property nahi kharid sakda canada ne vi law banaya kyonki oh samajhde ne ke saadi vi jehda santulan hai original canadians da ohna di identity khatre vich aa ਦਰਸਲ ਇਹ ਮੁੱਦਾ ਹੈ ਹੀ ਕਾਫੀ ਗੰਭੀਰ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਪੰਜਾਬੀ ਵਿਦੇਸ਼ਾਂ ਵੱਲ ਨੂੰ ਕੁਝ ਕਰ ਰਹੇ ਨੇ ਤਾਂ ਇਸ ਹਿਸਾਬ ਦੇ ਨਾਲ ਇੱਕ ਦਿਨ ਅਜਿਹਾ ਆਵੇਗਾ ਕਿ ਪੰਜਾਬ ਦੇ ਅੰਦਰ ਹੀ ਅਸੀਂ ਪੰਜਾਬੀ ਜਿਹੜੇ ਆ ਉਹ ਘੱਟ ਗਿਣਤੀ ਰਹਿ ਜਾਵਾਂਗੇ ਤਾਂ ਅਜਿਹਾ ਖਦਸ਼ਾ ਜਿਹੜਾ ਹੈ ਉਹ ਸੁਖਪਾਲ ਸਿੰਘ ਖੈਰਾ ਨੇ ਵੀ ਜ਼ਾਹਰ ਕੀਤਾ ਤੇ ਬਾਹਰੋਂ ਆਣ ਕੇ ਇੱਥੇ ਲੋਕੀ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਵਸਿੰਦੇ ਬਣ ਗਏ ভোটার ਬਣ ਗਏ ਮਾਲਕ ਬਣ ਗਏ ਤੇ ਮੇਰਾ ਅੰਦਾਜ਼ਾ ਵਾ ਕਿ ਅਗਲੇ 20 ਤੋਂ 25 ਸਾਲਾਂ ਦੇ ਵਿੱਚ ਵਿੱਚ ਪੰਜਾਬ ਪੰਜਾਬੀ ਪੰਜਾਬ ਦੇ ਵਿੱਚ ਹੀ ਔਰ ਸਿੱਖ ਜਿਹੜੇ ਨੇ ਪੰਜਾਬ ਦੇ ਵਿੱਚ ਘਟ ਗਿਣਤੀ ਹੋ ਜਾਣਗੇ ਵੀ ਵਿਲ ਲੂਜ਼ आवर ਆਇਡੈਂਟੀਟੀ ਕੰਪਲੀਟਲੀ ਵੀ ਵਿਲ ਦੇਰ ਬੀ ਅ ਮੈਸਿਵ ਡੈਮੋਗ੍ਰਾਫਿਕ ਚੇਂਜ ਆਬਾਦੀ ਦਾ ਜਿਹੜਾ ਸੰਤੁਲਨ ਹੈਗਾ ਉਹਦੇ ਬਹੁਤ ਵੱਡੇ ਪੱਧਰ ਦੇ ਉੱਤੇ ਉਹਦੇ ਵਿੱਚ ਅੰਤਰ ਪਵੇਗਾ ਜੇਕਰ ਦੇਖਿਆ ਜਾਵੇ ਤਾਂ ਅੱਜ ਦੀ ਨੌਜਵਾਨ ਪੀੜੀ ਦਾ ਸਭ ਤੋਂ ਵੱਡਾ ਕਰੇਜ ਹੈ ਕੈਨੇਡਾ ਕੈਨੇਡਾ ਜਾਣਾ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ जुगाੜ ਲੱਗ ਜਾਵੇ ਸਟੱਡੀ ਵੇਸ ਤੇ ਜਾਣਾ ਜੇਕਰ ਕਿਸੇ ਦੀ ਪੜ੍ਹਾਈ ਦੇ ਵਿੱਚ ਕੋਈ ਚੰਗਾ ਨਹੀਂ ਹੈ ਤਾਂ ਉਹ ਜੁਗਾੜ ਲਗਾ ਕੇ ਬਾਹਰ ਜਾਂਦੇ ਆਂ ਕੋਸ਼ਿਸ਼ਾਂ ਜਰੂਰ ਕਰਦਾ ਹੈ ਤੇ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਹੀ ਇੱਥੋਂ ਪੰਜਾਬੀ ਪ੍ਰਵਾਸ ਕਰ ਰਹੇ ਨੇ ਵਿਦੇਸ਼ਾਂ ਦਾ ਉਹ ਚਾਹੇ ਕੈਨੇਡਾ ਹੋਵੇ ਅਮਰੀਕਾ ਹੋਵੇ ਕੈਨੇਡਾ ਦੇ ਵਿੱਚ ਪੰਜਾਬੀ ਕਿੰਨੇ ਆ ਇੱਕ ਵਾਰ ਅਸੀਂ ਸੁਣਦੇ ਹਾਂ ਕੋਈ 50 ਲੱਖ ਦੇ ਕਰੀਬ ਜਿਹੜੇ ਪੰਜਾਬੀ ਨੌਜਵਾਨ ਬੱਚੇ ਲੜਕੀਆਂ ਬਜ਼ੁਰਗ ਪਰਿਵਾਰ ਉਹ ਵਿਦੇਸ਼ਾਂ ਵਿੱਚ ਮਾਈਗ੍ਰੇਟ ਕਰ ਚੁੱਕੇ ਨੇ ਇਹ ਇਹ ਬਣ ਜਾਂਦੀ ਤਕਰੀਬਨ 1/6th ਪੋਪੂਲੇਸ਼ਨ ਆਫ ਪੰਜਾਬ ਡੂਰਿੰਗ ਦ ਲਾਸਟ ਫਿਊ ਡੈਕੇਡਸ ਹੈਜ਼ ਮਾਈਗ੍ਰੇਟਿਡ ਟੂ ਡਿਫਰੈਂਟ ਕੰਟਰੀਜ਼ ਆਫ ਦ ਵਰਲਡ ਹੋਂ ਫੋਕਸ ਪਾਰਟਿਕੁਲਰਲੀ ਕਲੇ ਕੈਨੇਡਾ ਦਾਵਾ ਜ਼ਿਆਦਾ ਤਾਂ ਪੰਜਾਬੀਆਂ ਦੀ ਜਾਂ ਫਿਰ ਹੋਰ ਵਿਦੇਸ਼ੀ ਪ੍ਰਵਾਸੀਆਂ ਦੀ ਜਿਵੇਂ ਕੈਨੇਡਾ ਦੇ ਵਿੱਚ ਆਮਦ ਹੋ ਰਹੀ ਹੈ ਉਸ ਨੂੰ ਲੈ ਕੇ ਟੂਡੋ ਸਰਕਾਰ ਵੀ ਚਿੰਤਤ ਹੋਈ ਉਸ ਨੇ ਵੀ ਧਿਆਨ ਦੇ ਵਿੱਚ ਰੱਖਿਆ ਕਿ ਇਸ ਹਿਸਾਬ ਦੇ ਨਾਲ ਤਾਂ ਕੈਨੇਡਾ ਦੇ ਜੋ ਮੂਲ ਕੈਨੇਡੀਅਨ ਲੋਕ ਹੈਗੇ ਨੇ ਉਹਨਾਂ ਦਾ ਭਵਿੱਖ ਖਤਰੇ 'ਚ ਆ ਸਕਦਾ ਇਸ ਦੇ ਲਈ ਉਹਨਾਂ ਨੇ ਜ਼ਮੀਨਾਂ ਦੇ ਉੱਪਰ ਪਾਬੰਦੀ ਲਗਾ ਦਿੱਤੀ ਕਿ ਕੈਨੇਡਾ ਦੇ ਵਿੱਚ ਕਮਰਸ਼ੀਅਲ ਜ਼ਮੀਨ ਜਿਹੜਾ ਹੈ ਉਹ ਕੋਈ ਵੀ ਪ੍ਰਵਾਸੀ ਨਹੀਂ ਖਰੀਦ ਸਕਦਾ ਤਾਂ ਇਸ ਦੀ ਉਦਾਹਰਣ ਜਿਹੜੀ ਹੈ ਸੁਖਪਾਲ ਸਿੰਘ ਖੈਰਾ ਨੇ ਵੀ ਦਿੱਤੀ ਤੇ ਨਾਲ ਦੇ ਨਾਲ ਜੇਕਰ ਅਸੀਂ ਆਪਣੇ ਗੁਆਂਡੀ ਸੂਬੇ ਵੱਲ ਹਿਮਾਚਲ ਵੱਲ ਵੀ ਝਾਤ ਮਾਰਦੇ ਹਾਂ ਤਾਂ ਇੰਨੀਆਂ ਸੋਹਣੀਆਂ-ਸੋਹਣੀਆਂ ਵਾਦੀਆਂ ਦੇ ਵਿੱਚ ਪਹਾੜਾਂ ਦਾ ਜੋ ਰਾਣੀ ਕਿਹਾ ਜਾਂਦਾ ਹਿਮਾਚਲ ਨੂੰ ਤਾਂ ਇਹਨਾਂ ਪਹਾੜਾਂ ਦੇ ਵਿੱਚ ਵੀ ਜੇਕਰ ਕਾਨੂੰਨ ਨਾ ਬਣਦਾ ਤਾਂ ਹਿਮਾਚਲ ਦੇ ਅੱਧੇ ਪਹਾੜ ਤਾਂ ਮੁੰਬਈ ਦੇ ਵੱਡੇ ਵਪਾਰੀਆਂ ਨੇ ਖਰੀਦਲੇ ਹੋਣੇ ਸੀ ਜਾਂ ਫਿਰ ਦਿੱਲੀ ਤੋਂ ਵੱਡੇ ਲੋਕਾਂ ਨੇ ਆ ਕੇ ਖਰੀਦਲੇ ਹੋਣੇ ਸੀ ਇਹ ਖੈਰਤ ਕਹਿ ਰਹੇ ਨੇ ਸੁਣਿਆ ਵਾਂ ਕਿ ਕੱਲੇ ਕੈਨੇਡਾ ਦੇ ਵਿੱਚ 2 ਲੱਖ ਦੀ ਆਬਾਦੀ ਪੰਜਾਬ ਦੀ 2 ਲੱਖ ਦੇ ਕਰੀਬ ਪਰਿਵਾਰ ਜਿਹੜੇ ਨੇ ਉਹ ਕੱਲੇ ਕੈਨੇਡਾ ਵਿੱਚ ਜਾਣੇ ਸ਼ੁਰੂ ਹੋ ਗਏ ਨੇ ਕੈਨੇਡਾ ਦੀ ਇਸ ਵਕਤ ਪੰਜਾਬੀਆਂ ਦੀ ਤੇ ਸਿੱਖਾਂ ਦੀ ਆਬਾਦੀ ਅਪ੍ਰੋਕਸੀਮੇਟਲੀ 1 ਮਿਲੀਅਨ ਔਰ ਯੂਐਸਏ ਦੇ ਵਿੱਚ ਹੋਰ ਵੀ ਜ਼ਿਆਦਾ ਵਾ ਔਰ ਯੂਰਪ ਦੇ ਵਿੱਚ ਕਿਉਂਕਿ ਯੂਕੇ ਵਿੱਚ ਬਹੁਤ ਪੁਰਾਣੀ ਸੈਟਲਮੈਂਟ ਹੈ ਪੰਜਾਬੀਆਂ ਦੀ ਉਥੇ ਇਦਨੋਂ ਵੀ ਦੁੱਗਣੀ ਆ ਇਸ ਕਰਕੇ ਜਦੋਂ ਕੋਈ 2 ਕੁ ਲੱਖ ਨੌਜਵਾਨ ਜਾਊਗਾ ਪੰਜਾਬ ਚੋਂ ਤੇ ਹਰ ਨੌਜਵਾਨ ਜੇ 20 ਤੋਂ 25 ਲੱਖ ਰੁਪਇਆ ਲੈ ਕੇ ਜਾਊ ਮੈਨੂੰ ਤਾਂ ਗਿਣਤੀ ਤੋਂ ਬਾਹਰ ਆ ਇਹਦਾ ਮਤਲਬ ਹੈ ਕਿ ਸਾਡੇ ਸੈਂਕੜੇ ਅਲਟੀਮੇਟਲੀ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਵਾ ਉਹ ਵਿਦੇਸ਼ਾਂ ਵਿੱਚ ਜਾ ਰਿਹਾ ਪੰਜਾਬ ਦੀ ਆਰਥਿਕ ਪੰਜਾਬ ਦੀ ਇਕਨੋਮੀ ਦਾ ਸਿਰਫ ਕਾਂਗਰਸ ਹੀ ਨਹੀਂ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਨੌਜਵਾਨਾਂ ਨੂੰ ਵਿਦੇਸ਼ ਨਾ ਜਾਣ ਦੀ ਤਾਕੀਦ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਦੇ ਵਿੱਚ ਬਾਹਰੀ ਲੋਕਾਂ ਦੀ ਜ਼ਮੀਨ ਖਰੀਦਣ ਦੇ ਉੱਪਰ ਪੂਰਨ ਤੌਰ ਦੇ ਉੱਪਰ ਪਾਬੰਦੀ ਲਗਾਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਨੌਜਵਾਨਾਂ ਨੂੰ ਵੀ ਕਿਹਾ ਸੀ ਕਿ ਉਹ ਪੰਜਾਬ ਛੱਡ ਕੇ ਨਾ ਜਾਣ ਬਾਹਰ ਦੇਸ਼ ਦੇ ਵਿੱਚ ਹੀ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਲੱਭਣ ਇੱਥੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਰੋਜ਼ਗਾਰ ਦੇ ਅਫਸਰ ਮੁਹੱਈਆ ਕਰਵਾਏ ਜਾਣ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਾਂਗਰਸ ਪਾਰਟੀ ਵੱਲੋਂ ਜੋ ਪ੍ਰਾਈਵੇਟ ਬਿੱਲ ਲੈ ਕੇ ਆਉਣ ਦੀ ਮੰਗ ਕੀਤੀ ਗਈ ਹੈ ਤਾਂ ਹੁਣ ਸਰਕਾਰ ਕਿਸ ਦੇ ਉੱਪਰ ਚਰਚਾ ਕਰ ਸਕੇਗੀ ਵਿਧਾਨ ਸਭਾ ਦਾ ਜਦੋਂ ਸੈਸ਼ਨ ਹੋਵੇਗਾ ਤੇ ਆਉਣ ਵਾਲਾ ਸਮਾਂ ਫਿਲਹਾਲ ਇਹ ਮੁੱਦਾ ਜਿਹੜਾ ਹੈ ਕਾਫੀ ਗੰਭੀਰ ਹੈ ਔਰ ਇਸ ਮਸਲੇ ਦੇ ਉੱਪਰ ਵਿਚਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੰਨਵਾਦ